रबाब रेडियो देख रहे दर्शकों मेरे वालों सत श्री अकाल। मैं रवनीत कौर, रबाब रेडियो न्यूज़ बुलेटिन विच थोड़ा स्वागत है। आओ सब तो पहला जानिए मौसम दा हाल। परथ विच बदलवाही रहेगी पर तापमान 37 डिग्री रहेगा सारा दिन। एडिलेड विच बदलवाई अते तापमान वध तो वध 24 डिग्री। होबार्ट विच भी बदलवाई अते वध तो वध तापमान 21 डिग्री। कैनबरा बदलवाही अते वध तो वध तापमान 28 डिग्री। सिडनी विच एक दो शावर अते वध तो वध तापमान 26 डिग्री। मेलबर्न विच भी बदलवाही अते वध तो वध तापमान 21 डिग्री। ब्रिस्बेन विच घट बदलवाही अते तापमान 31 डिग्री। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਸੱਦੇ 'ਤੇ ਭਾਰਤ ਦਾ ਦੌਰਾ ਕਰਨ ਅਗਲੇ ਹਫ਼ਤੇ ਜਾ ਰਹੇ ਹਨ। ਉਹ ਆਪਣੇ ਦੌਰੇ ਦੌਰਾਨ ਵਿਦੇਸ਼ੀ ਮਾਮਲਿਆਂ ਪ੍ਰਤੀ ਉਹਨਾਂ ਦੀ ਸਰਕਾਰ ਦੀ ਪਹੁੰਚ ਦੀ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਨਗੇ। ਐਂਥਨੀ ਅਲਬਨੀਜ਼ ਦਾ ਮੰਨਣਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਹੁਣ ਉਹ ਚੰਗੇ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਨਗੇ। ਆਸਟ੍ਰੇਲੀਆ ਕਾਰੋਬਾਰੀ ਨੇਤਾ ਵੀ ਉਹਨਾਂ ਦੇ ਨਾਲ ਜਾਣਗੇ। ਹੁਣ ਅਸੀਂ ਗੱਲ ਕਰਦੇ ਹਾਂ ਅਗਲੀ ਖਬਰ ਬਾਰੇ। ਸੁਪਰੈਨੂਏਸ਼ਨ ਦੇ ਟੈਕਸ ਰੇਟ ਵਿੱਚ ਤਬਦੀਲੀਆਂ ਆ ਰਹੀਆਂ ਹਨ। ਪਹਿਲਾਂ ਟੈਕਸ ਰੇਟ 30 ਲੱਖ ਦੇ ਉੱਤੇ 15% ਹੁੰਦਾ ਸੀ, ਪਰ ਹੁਣ ਉਸਨੂੰ ਵਧਾ ਕੇ 15 ਦੀ ਜਗ੍ਹਾ 30% ਕਰ ਦਿੱਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ 80,000 ਲੋਕ ਇਸ ਨਵੇਂ ਰੂਲ ਤੋਂ ਪ੍ਰਭਾਵਿਤ ਹੋਣਗੇ ਅਤੇ ਇਸ ਦੇ ਲਾਗੂ ਹੋਣ ਤੋਂ ਪਹਿਲੇ ਸਾਲ ਦੇ ਅੰਦਰ ਹੀ ਇਹ ਪਾਲਿਸੀ ਸਰਕਾਰ ਨੂੰ 2 ਬਿਲੀਅਨ ਦਾ ਫਾਇਦਾ ਦੇਵੇਗੀ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਤਬਦੀਲੀਆਂ ਲਿਆਉਣੀਆਂ ਬਹੁਤ ਹੀ ਜ਼ਰੂਰੀ ਹਨ, ਕਿਉਂਕਿ ਤਾਂ ਕਿ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਪੈਸਾ ਇਕੱਠਾ ਨਾ ਹੋਵੇ। ਵਿਰੋਧੀ ਧਿਰ ਦਾ ਮੰਨਣਾ ਹੈ ਕਿ ਇਹ ਸਰਕਾਰ ਦੀ ਚਾਲ ਹੈ, ਉਹ ਵੱਧ ਤੋਂ ਵੱਧ ਪੈਸਾ ਇਕੱਠਾ ਆਪਣੇ ਲਈ ਕਰਨਾ ਚਾਹੁੰਦੀ ਹੈ, ਪਰ ਜਦਕਿ ਉਹ ਆਪਣਾ ਬਜਟ ਨੂੰ ਮੈਨੇਜ ਨਹੀਂ ਕਰ ਰਹੀ। ਰਿਟੇਲ ਸੇਲਸ ਵਿੱਚ 1% 9% ਵਿੱਚ ਵਾਧਾ ਹੋਇਆ ਹੈ। ਨੌਕਰੀਆਂ ਦੀ ਇਸ਼ਤਿਹਾਰੀ ਵਿੱਚ ਵੀ ਵਾਧਾ ਹੋਇਆ ਹੈ। ਅੱਜ ਦੇ ਸਮੇਂ ਵਿੱਚ ਲੇਬਰ ਸ਼ੋਰਟੇਜ ਦੇ ਕਾਰਨ ਨੌਕਰੀ ਦੇਣ ਵਾਲਿਆਂ ਦੀ ਕੰਪਨੀ ਨੂੰ ਵੱਧ ਪੈਸੇ ਪੇਸ਼ਕਸ਼ ਕਰਨੇ ਪੈ ਰਹੇ ਹਨ ਅਤੇ ਉਹ ਸਥਾਨਾਂ ਨੂੰ ਭਰਨ ਵਾਸਤੇ, ਜਦਕਿ ਜਿਹੜੇ ਕਰਮਚਾਰੀ ਪਹਿਲਾਂ ਹੀ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਹੋ ਰਿਹਾ। ਸੁਪਰੀਮ ਕੋਰਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਕੇਸ ਦੀ ਸੁਣਵਾਈ ਹੋਈ ਹੈ ਅਤੇ ਕੇਸਾਂ ਨੂੰ ਚੰਡੀਗੜ੍ਹ ਵਿਖੇ ਤਬਦੀਲ ਕਰਨ ਦੀ ਪ੍ਰਵਾਨਗੀ ਮਿਲੀ ਹੈ। ਸਿੱਖ ਭਾਈਚਾਰਾ ਇਸ ਫੈਸਲੇ ਤੋਂ ਖੁਸ਼ ਨਹੀਂ ਹੈ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੇ ਤਾਂ ਇਹ ਕੇਸ ਪੰਜਾਬ ਵਿੱਚ ਰਹਿੰਦਾ ਤਾਂ ਜਿਹੜੇ ਵੀ ਗਵਾਹੀ ਦੇਣ ਵਾਲੇ ਲੋਕ ਹਨ ਉਹਨਾਂ ਨੂੰ ਆਸਾਨ ਰਹਿੰਦਾ ਅਤੇ ਉਹ ਗਵਾਹੀ ਦੇ ਸਕਦੇ, ਪਰ ਜਦਕਿ ਹੁਣ ਜੇ ਉਹ 20 ਕਿਲੋਮੀਟਰ ਦੀ ਜਗ੍ਹਾ 200 ਕਿਲੋਮੀਟਰ ਜਾਂਦੇ ਹਨ ਤਾਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਸਰਕਾਰ ਨੇ ਇਹ ਫੈਸਲਾ ਤਾਂ ਲਿਆ ਹੈ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਇਸ ਕੇਸ ਦੇ ਅੰਦਰ ਦੋਸ਼ੀ ਹਨ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਹੈ। ਲੀਡਰਾਂ ਦਾ ਮੰਨਣਾ ਹੈ ਕਿ ਜੇ ਇਹ ਕੇਸ ਪੰਜਾਬ ਦੇ ਅੰਦਰ ਰਹਿੰਦਾ ਤਾਂ ਇਹ ਉਹਨਾਂ ਨੂੰ ਫਾਇਦਾ ਦਿੰਦਾ। ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ 31 ਮਾਰਚ ਤੱਕ ਨਹਿਰਾਂ ਦੀ ਸਫਾਈ ਸੰਪੂਰਨ ਕੀਤੀ ਜਾਵੇ। ਨਰਮਾ ਉਤਪਾਦਕਾਂ ਨੂੰ 1 ਅਪ੍ਰੈਲ ਤੋਂ ਨਹਿਰੀ ਪਾਣੀ ਦਿੱਤਾ ਜਾਵੇਗਾ। ਕਿਸਾਨ ਯੂਨੀਅਨ ਦਾ ਮੰਨਣਾ ਹੈ ਕਿ ਕੇਂਦਰੀ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਦੁਰਦਸ਼ਾ ਸੁਧਾਰਨ ਦਾ ਕੋਈ ਉਪਰਾਲਾ ਨਹੀਂ ਕਰ ਰਹੀ। ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਕਈ ਪੰਜਾਬੀ ਨੌਜਵਾਨਾਂ ਦੀ ਹੋ ਰਹੀ ਹੈ ਮੌਤ। ਬੀਤੇ ਦਿਨੀ ਤਰਨ ਤਾਰਨ ਦੇ ਕਸਬੇ ਫਤਿਹਾਬਾਦ ਵਿੱਚ 22 ਸਾਲਾ ਯੁਵਕ ਦੀ ਹੋਈ ਮੌਤ। ਸੀਐਮ ਭਗਵੰਤ ਮਾਨ ਦਾ ਮੰਨਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਬੇਰੁਜ਼ਗਾਰੀ ਵੱਲ ਧਿਆਨ ਨਹੀਂ ਦਿੱਤਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਨੇ ਲਗਭਗ 2700 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। 3 ਮਾਰਚ ਨੂੰ ਬਜਟ ਸੈਸ਼ਨ ਪੇਸ਼ ਕੀਤਾ ਜਾਵੇਗਾ। ਮੰਤਰੀ ਮੰਡਲ ਨੇ ਪੰਜਾਬ ਵਿੱਚ ਸਾਲ 2023 ਤੋਂ 2024 ਲਈ ਪੰਜਾਬ ਸਰਕਾਰ ਦੇ ਖਰਚਿਆਂ ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਆਓ ਹੁਣ ਅਸੀਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਦੇ ਬਾਰੇ। ਗ੍ਰੀਸ ਵਿੱਚ 2 ਟ੍ਰੇਨਾਂ ਦੀ ਹੋਈ ਟੱਕਰ ਅਤੇ ਗਵਰਨਰ ਦਾ ਮੰਨਣਾ ਹੈ ਕਿ ਉਹ ਦੋਨੋਂ ਟ੍ਰੇਨਾਂ ਹੀ ਇੱਕੋ ਹੀ ਪਟਰੀ 'ਤੇ ਚੱਲ ਰਹੀਆਂ ਸਨ। 85 ਤੋਂ ਵੱਧ ਲੋਕ ਹੋਏ ਨੇ ਜ਼ਖਮੀ ਅਤੇ 3 ਗੱਡੀਆਂ ਨੂੰ ਵੀ ਅੱਗ ਲੱਗ ਗਈ ਹੈ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ। ਮੰਨਣਾ ਹੈ ਕਿ ਉਹ ਦੋਨਾਂ ਟ੍ਰੇਨਾਂ ਵਿੱਚ 350 ਅਤੇ 400 ਤੋਂ ਲੈ ਕੇ 1 ਟ੍ਰੇਨ ਵਿੱਚ ਬੰਦਾ ਸੀ। ਪ੍ਰਵਾਸ ਜ਼ਿਆਦਾ ਹੋਣ ਦੇ ਕਾਰਨ ਅੱਜ ਕੱਲ੍ਹ ਲੋਕ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੌਰਾਨ ਹੀ ਇੱਕ ਕਿਸ਼ਤੀ ਜੋ ਕਿ ਤੁਰਕੀ ਤੋਂ ਚੱਲੀ ਸੀ ਉਸਦੇ ਵਿੱਚ 170 ਲੋਕ ਸਨ, ਜੋ ਕਿ ਇਲੀਗਲ ਪ੍ਰਵਾਸ ਸਨ ਅਤੇ ਉਹ ਜਾ ਰਹੇ ਸਨ ਇਟਲੀ ਨੂੰ, ਕਿਉਂਕਿ ਇਟਲੀ ਦੇ ਸਰਕਾਰ ਨੇ ਕਾਨੂੰਨ ਬਹੁਤ ਸਖਤ ਕਰ ਦਿੱਤੇ ਹਨ ਅਤੇ ਜਿਸ ਕਰਕੇ ਉਹਨਾਂ ਨੂੰ ਇਹ ਕੋਸ਼ਿਸ਼ ਕਰਨੀ ਪਈ ਕਿ ਉਹ ਇਲੀਗਲੀ ਕੰਟਰੀ ਦੇ ਅੰਦਰ ਐਂਟਰ ਕਰ ਸਕਣ।
ਲੋਕਾਂ ਦਾ ਭਾਰ ਜ਼ਿਆਦਾ ਹੋਣ ਕਾਰਨ ਉਸ ਉਹ ਕਿਸ਼ਤੀ ਕਲਬੇਰੀਆ ਦੇ ਕੋਸਟ ਦੇ ਉੱਤੇ ਟੁੱਟ ਜਾਂਦੀ ਹੈ ਅਤੇ ਘੱਟ ਤੋਂ ਘੱਟ 65 ਲੋਕਾਂ ਦੀ ਹੋਈ ਮੌਤ। ਵੱਧ ਤੋਂ ਵੱਧ ਖਬਰਾਂ ਸੁਣਨ ਲਈ ਜੁੜੇ ਰਹੋ ਰਬਾਬ ਰੇਡੀਓ ਨਿਊਜ਼ ਬੁਲੇਟਿਨ ਬਾਈ ਰਵਨੀਤ ਕੌਰ। ਧੰਨਵਾਦ।